Hello guys, welcome to the channel. So today we are at the O2 Arena in London. So today we are here to watch Diljit Dosanjh's music concert. He's performing live today. So he's performing tomorrow as well, which is 5th of October, and on 18th of October as well. So all these shows are sold out shows. I have watched his concert so many years ago in Birmingham, but I am watching it here in London first time. So I am very excited for the show. So it will be, I think, around 3-4 hour show. So I am very excited about it, and let's see how it goes. ये ज़िंदगी एक सुपने भरा है, तो सुपने में सच्ची गल होता है Tonight you are the special chosen ones. Closing your eyes, express your gratitude. So sit back, but don't relax. The energy is about to rise. The excitement is about Get ready to witness the biggest Punjabi artist on the planet of all time. The moment has arrived. ਲਗਾਤਾਰ 3 ਦਿਨ O2 ਅਰੀਨਾ ਆਪਾਂ ਹੁਣ ਇੱਥੇ ਹੀ ਹੈ ਪਿੱਛੇ ਬੈਟ ਲਵਾ ਲਿਆ ਮੈਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਕੋਈ ਪੰਜਾਬੀ ਕਲਾਕਾਰ ਵੀ ਹੈ ਜਿਹੜਾ ਪਿੱਛੇ ਬੈਟ ਲਵਾ ਸਕਦਾ ਇੱਥੇ ਸਾਰਾ ਕੁਛ ਤੁਹਾਡੇ ਕਰਕੇ ਥੈਂਕ ਯੂ ਸੋ ਮਚ ਤੁਸੀਂ ਟਾਈਮ ਕੱਢਿਆ ਤੁਸੀਂ ਆਏ ਥੈਂਕ ਯੂ ਅਪਰੀਸ਼ੀਏਟ
ਤੁਹਾਡੇ ਕਰਕੇ ਸਾਰੇ ਸੁੱਖ ਦੇ ਪੂਰੇ ਹੋ ਰਹੇ ਹਨ। ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ, ਤੁਸੀਂ ਹਮੇਸ਼ਾ ਖੁਸ਼ ਰਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਵੇ, ਤੁਸੀਂ ਵੱਧ ਤੋਂ ਵੱਧ ਇੰਜੋਏ ਕਰਕੇ ਜਾਓ। ਦੇਖੋ ਟੈਨਸ਼ਨ ਫਿਕਰ ਇਹ ਸਾਨੂੰ ਸਾਰਿਆਂ ਨੂੰ ਇਹ ਕਦੇ ਮੁੱਕਣੀ ਨਹੀਂ, ਜ਼ਿੰਦਗੀ ਮੁੱਕ ਜਾਣੀ ਹੈ, ਇਹ ਕਦੇ ਵੀ ਨਹੀਂ ਮੁੱਕਣੀ। ਚਾਹੇ ਕਿਸੇ ਕੋਲ ਚਾਰ ਪੈਸੇ ਹੈ, ਚਾਹੇ ਕਿਸੇ ਕੋਲ ਨਹੀਂ ਹੈ, ਫਿਕਰ ਕਿਸੇ ਨੂੰ ਨਹੀਂ ਮੁੱਕ ਸਕਦੇ। ਪਰ ਸਿਆਣੇ ਕਹਿੰਦੇ ਜਿਹੜਾ ਮੂਵਮੈਂਟ ਤੁਸੀਂ ਹੱਸ ਖੇਡ ਕੇ ਜੀ ਲਿਆ ਉਹੀ ਮੂਵਮੈਂਟ ਹੈ।
cartoon, or design icon, scale of the Rato, New York, New Jersey, and Chile. ਰਿਫਰੈਸ਼ਮੈਂਟ ਵੀ ਬਹੁਤ ਜ਼ਰੂਰੀ ਹੈ ਨਾਲ ਦੀ ਨਾਲ ਕਿਉਂਕਿ ਠੰਡ 'ਚ ਰਿਫਰੈਸ਼ਮੈਂਟ ਆਉਂਦੀ ਵੀ ਬਹੁਤ ਹੈ ਜਿਹੜੇ ਉੱਪਰ ਤੱਕ ਬੈਠੇ ਆ ਉਹ ਛੱਤ ਨਾਲ ਲੱਗੇ ਹੋਏ ਥੈਂਕ ਯੂ ਬਾਈ ਥੈਂਕ ਯੂ ਜਿੰਨੇ ਵੀ ਤੁਸੀਂ ਉੱਪਰ ਬੈਠੇ ਹੋ ਮਹਾਰਾਜ ਤੋਂ ਚਾਰ ਚੜ੍ਹਦੀ ਕਲਾ ਦੇਖੋਗੇ ਸਾਡੇ ਗਰੀਬ ਕੁੜੇ ਕਰਦੇ ਨੇ ਮਹਾਰਾਜ ਉਹ ਹਮੇਸ਼ਾ ਖੁਸ਼ ਰੱਖੇ ਤੁਸੀਂ ਜਿੱਥੋਂ ਵੀ ਆਏ ਆ ਜਿਹੜੇ ਵੀ ਮੁਲਕ ਤੋਂ ਆਏ ਆ ਤੁਸੀਂ ਚੜ੍ਹਦੀ ਕਲਾ 'ਚ ਤੋਂ ਹਮੇਸ਼ਾ ਆਬਾਦ ਰਹੋ ਤੁਸੀਂ ਜਿਹੜੇ ਵੀ ਸੁਪਨੇ ਦਿਲਾਂ 'ਚ ਸਜਾਏ ਆ ਮਹਾਰਾਜ ਤੁਹਾਡੇ ਪੂਰੇ ਕਰ ਜਦੋਂ ਇੰਨੇ ਜਣੇ ਇਕੱਠੇ ਲਾ ਕੇ ਬੈਠੇ ਹੋ ਫਿਰ ਜਿਹੜੀ ਕੀ ਕਹਿੰਦੇ ਹੁੰਦੇ ਵਾਈਬ੍ਰੇਸ਼ਨ ਅਤੇ ਰੈਵਰਬਰੇਸ਼ਨ ਜਿਹੜੀ ਹੁੰਦੀ ਉਹ ਬੜੀ ਸਟਰੋਂਗ ਹੁੰਦੀ ਹੈ ਤੁਸੀਂ ਅੱਜ ਜੋ ਵੀ ਮੰਗ ਲਓਗੇ ਅੱਖਾਂ ਬੰਦ ਕਰਕੇ ਜੋ ਵੀ ਤੁਹਾਡਾ ਮਨ ਹੈ ਜੋ ਵੀ ਤੁਹਾਡੇ ਦਿਲ ਦੇ ਅੰਦਰ ਹੈ ਜੋ ਵੀ ਤੁਸੀਂ ਲਾਈਫ ਤੋਂ ਚਾਹੁੰਦੇ ਉਹ ਤੁਹਾਨੂੰ ਮਿਲ ਜਾਣ ਇਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਲਾਈਫ ਤੋਂ ਕੁਛ ਮੰਗੋ ਤੇ ਤੁਹਾਨੂੰ ਮਿਲੇ ਹਾਂ ਜੇ ਤੁਹਾਡੇ ਮਨ 'ਚ ਕੋਈ ਇੱਕ ਪਰਸੈਂਟ ਵੀ ਡਾਊਟ ਆ ਗਿਆ ਫਿਰ ਲਾਈਫ ਤੁਹਾਡੇ ਦਾ ਧੋਖਾ ਕਰ ਸਕਦੀ ਹੈ ਅਦਰਵਾਈਜ਼ ਜੇ ਤੁਸੀਂ ਪੱਕੇ ਹੋ ਕੇ ਮੰਗੋ ਕਿ ਆਹ ਚੀਜ਼ ਮੈਨੂੰ ਚਾਹੀਦੀ ਚਾਹੀਦੀ ਹੈ ਉਹ ਮਹਾਰਾਜ ਨੇ ਤੁਹਾਨੂੰ ਦੇਣੀ ਦੇਣੀ ਆ ਮੇਰੀ ਤੁਹਾਨੂੰ ਬਲੈਸਿੰਗ ਹੈ ਮਹਾਰਾਜ ਤੁਹਾਨੂੰ ਸਾਰਾ ਚੜ੍ਹਦੀ ਤੁਸੀਂ ਜੋ ਵੀ ਦਿਲੋਂ ਕੰਮ ਕਿਆ ਤੁਹਾਡੇ ਕੋਲ ਹੋ ਗਿਆ ਕਿਉਂਕਿ ਵਾਈਫ ਤੇਰੀ ਮੇਰੀ ਕਰਦੀ ਆ First time, me and my brother.
performing together.
So guys, if you like the video, please don't forget to like and share it, and
please, please, please subscribe to my channel. Thank you so much.